ਬੱਸਾਂ ਰੋਕਣ ਦੀ ਬਹੁਤ ਦੇਰ ਤੋਂ ਸਮੱਸਿਆ ਸੀਗੀ। ਬੱਸਾਂ ਹੀ ਰੋਕਦੇ, ਸਵਾਰੀਆਂ ਸਾਡੀਆਂ ਬਹੁਤ ਖੱਜਲ ਖਰਾਬ ਹੁੰਦੀਆਂ, ਜਾਂ ਟੂਲ ਬਾਜੇ ਦੇ ਲਾਉਂਦੇ ਆ ਜਾਂ ਸਰੈਣਾ ਦਾ ਲਾਉਂਦੇ ਜੀ। ਇੱਥੇ ਸਾਨੂੰ ਘੰਟਾ ਘੰਟਾ ਦੋ ਘੰਟੇ ਖੜ੍ਹਨਾ ਪੈਂਦਾ, ਅਤੇ ਇਸ ਕਰਕੇ ਅਸੀਂ ਅੱਜ ਮੁੱਦਾ ਚੱਕਿਆ। ਇੱਕ ਵਾਰੀ ਅਸੀਂ ਬੱਸਾਂ ਨੂੰ ਸਮਝਾ ਰਹੇ ਹਾਂ ਵੀ ਬੱਸਾਂ ਭਾਈ ਰੋਕ ਕੇ ਸਵਾਈ ਲਾ ਕੇ ਜਾਓ, ਸਵਾਈ ਚੜ੍ਹਾ ਕੇ ਜਾਓ, ਜੇ ਇਸ ਤੋਂ ਬਾਅਦ ਨਹੀਂ ਲਾਉਂਦੇ ਫਿਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਅਤੇ ਅਸੀਂ ਧਰਨੇ ਲਾਵਾਂਗੇ, ਇੱਥੇ ਜਾਮ ਲਾਵਾਂਗੇ, ਰੋਡ ਜਾਮ ਕਰ ਦਾਂਗੇ। ਪੱਪੂ ਪਿੰਡ ਬੈਠਕ ਜੀ, ਸਾਡੇ ਬੱਸਾਂ ਰੁਕਣ ਦੀ ਸਮੱਸਿਆ ਪਹਿਲਾਂ ਵੀ ਬਹੁਤ ਜ਼ਿਆਦਾ ਜੀ, ਅਸੀਂ DM ਨੂੰ ਵੀ ਲੈ ਕੇ ਦਿੱਤਾ, ਪ੍ਰਾਈਵੇਟ ਬੱਸਾਂ ਨਹੀਂ ਰੁਕ ਰਹੀਆਂ, ਸਰਕਾਰੀ ਦਾ ਰੁਕਣ ਲੱਗ ਗਏ। ਪ੍ਰਾਈਵੇਟ ਬੱਸਾਂ ਵਾਲਿਆਂ ਦਾ ਸਾਡਾ ਇਹੀ ਧਰਨਾ, ਅੱਜ ਸਾਰੇ ਮੁਲਾਜ਼ਮਾਂ ਨੇ ਦੱਸਿਆ, ਬਰੀਵਾਲ ਥਾਣੇ ਨੇ ਦੱਸਿਆ, ਸਾਰੇ ਮੁਲਾਜ਼ਮ ਆਏ ਆ। ਅਸੀਂ ਬਸ ਜਿਹੜੇ ਪ੍ਰਾਈਵੇਟ ਬੱਸਾਂ ਨੂੰ ਦੱਸਣਾ ਵੀ ਬੱਸਾਂ ਇੱਥੇ ਰੋਕ ਕੇ ਜਾਣ, ਕਿਸੇ ਅੱਡਾ ਪੱਕਾ ਹੈ, ਸਾਰਿਆਂ ਨੇ ਸਾਨੂੰ ਲੈ ਕੇ ਦਿੱਤਾ। ਕਿੰਨੇ ਸਮੇਂ ਤੋਂ ਸਮੱਸਿਆ ਆ ਰਹੀ ਹੈ? ਸਮੱਸਿਆ ਪਹਿਲਾਂ ਤੋਂ ਵੀ ਆ ਜੀ, ਮੁੜ ਕੇ ਟੂਲ ਪਲਾਜ਼ਾ ਬਣ ਗਿਆ, ਟੂਲ 'ਤੇ ਰੁਕ ਲੱਗੇ, ਹੁਣ ਟੂਲ ਬੰਦ ਕਰਾ ਦਾ, ਭੰਨ ਤੋੜ ਹੋ ਗਈ, ਕੱਲ੍ਹ ਨੂੰ ਕੋਈ ਭੰਨ ਤੋੜ ਹੁੰਦੀ ਆ ਬੱਸਾਂ ਦੀ, ਇਹੀ ਜ਼ਿੰਮੇਵਾਰ ਹੋਣਗੇ, ਅਸੀਂ ਸਾਰਿਆਂ ਨੂੰ ਲੈ ਕੇ ਦੇ ਦਿੱਤਾ ਜੀ।